अपने आप किसी भी कर्म नाल धोता नहीं जा सकता, अच्छा नहीं हो सकता। महापुरुख दे मन मेर पवे तो अच्छा तो अजामल मलीन हो गया, मैला हो गया। गुरु तो बेमुख होए के पाप कमावे दुर्मत दया, गुरु तू हो गया बेमुख। जिथों गुनाह बख्शाने सन उथों मुनकर हो गया। जिथे चरणा ते ढह पैना सी नानक गरीब ढह पिया द्वारे।
ਜਿਨ੍ਹਾਂ ਚਿਰ ਠਹਿੰਦਾ ਨਹੀਂ ਉਹਨਾਂ ਚਿਰ ਬਖਸ਼ਿਆ ਨਹੀਂ ਜਾਂਦਾ। ਕਿਵੇਂ ਬਖਸ਼ਿਆ ਜਾਏ ਜੇ ਨਿਮਾਣਾ ਹੋ ਕੇ ਚਰਨਾਂ ਤੇ ਨਾ ਠਵੇ? ਚਰਨਾਂ ਤੇ ਕੀ ਦੇਣਾ ਸੀ, ਉਹ ਤਾਂ ਬੇਮੁਖੀ ਹੋ ਗਿਆ। ਗੁਰ ਤੋਂ ਬੇਮੁਖ ਹੋਏ ਕੇ ਜੋ ਗੁਰੂ ਤੋਂ ਬੇਮੁਖ ਹੋ ਗਿਆ, ਸਭ ਬੁਰਿਆਈਆਂ ਦਾ ਵਾਸਾ ਉੱਥੇ। ਹਿਰਦੇ ਦੀ ਮਹਿਲ ਧੋਣੀ ਸੀ ਗੁਰੂ ਨੇ, ਗੁਰੂ ਤੋਂ ਹੋ ਗਿਆ ਬੇਮੁਖ, ਮਹਿਲ ਵੱਧਦੀ ਗਈ, ਦੋਤੀ ਨਾ ਗਈ। ਆਖਿਆ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ। ਇੱਕੋ ਹੀ ਦੁਆਰਾ ਹੈ ਅੱਛਾ ਹੋਣ ਵਾਸਤੇ, ਜਿਨ੍ਹਾਂ ਚਿਰ ਇਸ ਦੁਆਰੇ ਤੇ ਨਹੀਂ ਆਉਂਦਾ ਉਹਨਾਂ ਚਿਰ ਅੱਛਾ ਨਹੀਂ ਹੋ ਸਕਦਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਪਰ ਅਜਾਮਲ ਮਹਾਪਾਪੀ ਹੋ ਗਿਆ, ਗੁਰੂ ਤੋਂ ਬੇਮੁਖ ਹੋ ਗਿਆ। ਜਿਸ ਦੁਆਰੇ ਆਪਣੇ ਮਨ ਨੂੰ, ਮਨ ਦੀ ਮੈਲ ਨੂੰ ਧੋਣਾ ਸੀ, ਉਹ ਦੁਆਰਾ ਹੀ ਛੱਡ ਗਿਆ। ਆਖਿਆ ਵੱਡਿਓ ਵੱਡੇ ਪਾਪ, ਜਿਸ ਵੇਲੇ ਬੰਦੇ ਨੂੰ ਪ੍ਰੇਰਣ ਤਾਂ ਬੰਦਾ ਗੁਰੂ ਤੋਂ ਬੇਮੁਖ ਹੁੰਦਾ। ਤੇ ਪੂਰਵ ਕਰਮ ਅੰਕੁਰ ਜਬ ਪ੍ਰਗਟਿਓ ਤਾਂ ਬੇਟਿਓ ਪੁਰਖ ਰਸਕ ਵੈਰਾਗ। ਪੂਰਵਲਾ ਪੁੰਨ ਜਿਸ ਵੇਲੇ ਕੋਈ ਆਉਂਦਾ ਹੈ ਤਾਂ ਕੋਈ ਰਸਕ ਵੈਰਾਗੀ, ਨਿਰਾ ਵੈਰਾਗੀ ਨਹੀਂ ਰਸਕ ਵੈਰਾਗੀ, ਵੈਰਾਗ ਔਰ ਰਸ ਵਾਲਾ ਵੈਰਾਗ। ਸਾਨੂੰ ਖੁਸ਼ਕ ਵੈਰਾਗ ਦੀ ਲੋੜ ਨਹੀਂ, ਅਸੀਂ ਕੱਟੜਪੰਥੀ ਨਹੀਂ, ਅਸੀਂ ਸੰਤ ਸੇਵੀ। ਤੇ ਮਹਾਂਪੁਰਖ ਨੂੰ ਬਾਣੀ ਵਿੱਚ ਸਾਹਿਬ ਨੇ ਆਖਿਆ ਰਸਕ ਵੈਰਾਗੀ, ਵੈਰਾਗ ਤੇ ਫਿਰ ਰਸ। ਬੇਟਿਓ ਪੁਰਖ ਰਸਕ ਵੈਰਾਗੀ, ਜਿਸ ਵੇਲੇ ਬੇਟਿਆ ਰਸਕ ਵੈਰਾਗੀ ਪੁਰਖ ਤਾਂ ਮਿਟਤ ਅੰਧੇਰ, ਅੰਧੇਰਾ ਮਿਟ ਗਿਆ। ਮਿਲਤ ਹਰ ਨਾਨਕ ਸਾਹਿਬ ਆਖਦੇ ਹਰੀ ਮਿਲ ਗਿਆ, ਵਾਹਿਗੁਰੂ ਦਾ ਮਿਲਾਪ ਹੋ ਗਿਆ। ਤੇ ਫਿਰ ਕਿੰਝ ਲੱਗਾ, ਜਨਮ ਜਨਮ ਕੀ ਸੋਈ ਜਾ, ਇੰਝ ਜਾਪਿਆ ਜਿਵੇਂ ਜਨਮ ਜਨਮਾਂਤਰਾਂ ਦਾ ਸੁੱਤਾ ਪਿਆ ਤਾਂ ਤੇ ਜਾਗ ਆ ਗਈ ਹੈ। ਸੁਪਨੇ ਵਿੱਚ ਕੋਈ ਡਰ ਰਿਹਾ ਸੀ ਨਾ, ਕੋਈ ਭਿਆਨਕ ਸੁਪਨਾ ਦੇਖ ਰਿਹਾ ਸੀ। ਭਿਆਨਕ ਸੁਪਨਾ ਦੇਖਦਿਆਂ ਕਈ ਵਾਰੀ ਚੀਖਦਾ ਸੀ, ਮੱਥੇ ਤੇ ਪਸੀਨੇ ਦੀਆਂ ਬੂੰਦਾਂ, ਕਿਸੇ ਵੇਲੇ ਮੂੰਹੋਂ ਹਾਏ ਨਿਕਲ ਜਾਏ। ਸੁਪਨੇ ਵਿੱਚ ਕਈ ਵਾਰੀ ਕੋਈ ਪਿੱਛਾ ਕਰੇ ਤਾਂ ਦੌੜ ਹੀ ਨਹੀਂ ਹੁੰਦਾ, ਜਾਪਦਾ ਜਿਵੇਂ ਹੁਣ ਪਕੜਿਆ ਗਿਆ। ਤੇ ਉਸ ਵੇਲੇ ਜੇ ਕੋਈ ਕਿਰਪਾ ਕਰਕੇ ਜਗਾ ਦੇਵੇ ਤਾਂ ਫਿਰ ਇਹ ਭਿਆਨਕ ਅਵਸਥਾ ਗਈ। ਤੂੰ ਆਖਿਆ ਇੰਝ ਮੈਨੂੰ ਜਾਪਿਆ ਜਿਵੇਂ ਮੈਂ ਜਨਮ ਜਨਮਾਂਤਰਾਂ ਦਾ ਸੁੱਤਾ ਜਾਗ ਪਿਆ। ਇਹ ਖੇਡ ਪੁੰਨਾਂ ਦੀ ਹੈ, ਜਿਹੜੇ ਪੁੰਨ ਵਡੇਰੇ ਉਤਨੀ ਮਹਾਂਪੁਰਖ ਦੀ ਕਿਰਪਾ, ਜਿਤਨੇ ਪੁੰਨ ਥੋੜੇ ਉਤਨੀ ਦੇਰ ਲੱਗਦੀ। ਪੁੰਨ ਬਣਾਉਣ ਵਾਸਤੇ ਲੋੜ ਹੈ ਸੰਗਤ ਦੀ ਤੇ ਜਪਣ ਦੀ। ਸ੍ਰੀ ਵਾਹਿਗੁਰੂ ਜਪਿਆ ਸੀ, ਪੁੰਨ ਖੜੋਤੇ ਸਨ, ਗੁਰੂ ਤੋਂ ਭਾਵੇਂ ਬੇਮੁਖ ਹੋ ਗਿਆ ਪਰ ਫਿਰ ਵੀ ਕੋਈ ਪੁੰਨਾਂ ਦਾ ਬੀਜ ਬਕਾਇਆ ਰਹਿ ਗਿਆ ਜੋ ਬੀਜਿਆ ਹੋਇਆ ਸੀ। ਜਿਵੇਂ ਬੀਜ ਨੂੰ ਫਲਦਿਆਂ ਕੁਛ ਸਮਾਂ ਲੱਗਦਾ, ਇਹ ਨਹੀਂ ਵੀ ਹੁਣੇ ਬੀਜੀਏ ਤੇ ਹੁਣੇ ਹੀ ਜੰਮ ਪਵੇ, ਨਹੀਂ। ਇਹ ਤਾਂ ਕੋਈ ਬੀਜ ਕਿੰਨੇ ਚਿਰ ਬਾਅਦ ਜੰਮਦਾ, ਕੋਈ ਕਿੰਨੇ ਚਿਰ ਬਾਅਦ ਜੰਮਦਾ, ਸਮਾਂ ਲੱਗਦਾ ਜ਼ਰੂਰ। ਇਸ ਵਾਸਤੇ ਬੰਦਾ ਕਾਹਲੀ ਨਾ ਕਰੇ, ਜਿਵੇਂ ਬਾਬਾ ਜੀ ਆਖਦੇ ਸਨ ਸੰਗੀ ਅਖੇ ਮੂੰਹ ਨਾ ਪੱਟੇ, ਮੂੰਹ ਨਾ ਖੋਲੇ, ਮੰਗ ਨਾ ਮੰਗੇ, ਕੋਈ ਸਵਾਲ ਨਾ ਪਾਏ। ਜਿਸ ਵੇਲੇ ਉਸਦੇ ਪੁੰਨ ਪ੍ਰਬਲ ਹੋਣਗੇ, ਮਹਾਂਪੁਰਖ ਆਪੇ ਸਦਕੇ ਪੁੱਛੇਗਾ ਕੀ ਮੰਗਣਾ ਬਈ।
ਤੇ ਉਸ ਵੇਲੇ ਤਾਈ ਪੁੰਨ ਏਡੇ ਪ੍ਰਬਲ ਹੋ ਜਾਣਗੇ ਕਿ ਕੋਈ ਦੁਨੀਆ ਦੀ ਸ਼ੈ ਮੰਗਣ ਜੋਗਾ ਨਹੀਂ ਰਹੇਗਾ। ਕੀ ਮੰਗੇਗਾ? ਆਖੇਗਾ ਮੰਗੋ ਦਾਨ ਠਾਕੁਰ ਨਾਮ। ਕਿਉਂ ਬਈ? ਆਖੇ ਜੀ ਅਵਰ ਕਛੂ ਮੇਰੇ ਸੰਗ ਨਾ ਜਾਵੇ। ਪਤਾ ਲੱਗ ਗਿਆ ਹੈ ਕਿ ਨਾਮ ਤੋਂ ਬਿਨਾਂ ਕੁਛ ਵੀ ਸਾਥ ਨਹੀਂ ਜਾਂਦਾ। ਅਰਥ ਦਰਬ ਦੇਖ ਕਿਛ ਸੰਗ ਨਹੀਂ ਚੱਲਣਾ। ਧਨ ਦੇਖ ਲੈ, ਮਨ ਵਡਿਆਈ ਦੇਖ ਲੈ, ਹੋਰ ਜੋ ਕੁਝ ਤੂੰ ਸੰਚਿਆ ਹੈ ਇਸ ਸੰਸਾਰ ਦੇ ਵਿੱਚ, ਇਹ ਸਭ ਪੰਡਾਂ ਇੱਥੇ ਹੀ ਰਹਿ ਗਏ, ਇਹ ਸਭ ਪੰਡਾਂ ਅਜਾਈ ਚੁੱਕੀਆਂ, ਕੋਈ ਅਗਾਂ ਨਾਲ ਨਾ ਗਈ, ਕਿਸੇ ਨੇ ਮਨ ਦਾ ਸੁੱਖ ਨਾ ਦਿੱਤਾ। ਇਸ ਵਾਸਤੇ ਸਮਝ ਆ ਗਈ ਕਿ ਅਵਰ ਕਛੂ ਮੇਰੇ ਸੰਗ ਨਾ ਚਾਹਦੇ। ਫਿਰ ਕੀ ਮੰਗਣਾ? ਕੁਛ ਤਾਂ ਮੰਗ, ਹੁਣ ਮੈਂ ਦੇਣ ਤੇ ਆਇਆ। ਤੂੰ ਮੰਗਦਾ ਨਹੀਂ ਜੀ, ਮੰਗਦਾ ਮਿਲੇ ਕਿਰਪਾ ਗੁਣ ਗਾਮ, ਕਿਰਪਾ ਕਰਕੇ ਮੈਨੂੰ ਗੁਣ ਗਾਵਣ ਦੀ ਦਾਤ ਬਖਸ਼ੋ ਕਿ ਮੈਂ ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਨਾਨਕ ਦੇ ਮਨ ਚਾਹ ਉਪਜਿਆ ਕਿਹੜਾ? ਦਿਨ ਰਾਤ ਤੇਰਾ ਗੁਣ ਗਾਵਾਂ। ਤਾਂ ਕੋਈ ਕਰਮ ਸੀ ਬਕਾਇਆ, ਮਹਾਂਪੁਰਖ ਦੀ ਸੰਗਤ ਕੀਤੀ ਸੀ, ਬਹੁਤ ਪੁੰਨ ਸੁਆਹ ਹੋ ਗਏ, ਪਰ ਬਕਾਇਆ ਕੁਛ ਰਹਿ ਵੀ ਗਏ। ਜਿਨ੍ਹਾਂ ਨੇ ਇੱਕ ਦਿਨ ਅਚਾਨਕ ਅਜਾਮਲ ਨੂੰ ਮਹਾਂਪੁਰਖ ਮਿਲਾ ਦਿੱਤਾ, ਕੰਜਰੀ ਦੇ ਚਵਾਰੇ ਰਹਿੰਦਾ ਸੀ, ਦਿਨ ਰਾਤ ਪਾਪ ਕਰਦਾ ਸੀ, ਪਾਪਾਂ ਦੇ ਬੂਟੇ ਨੂੰ ਫਲ ਲੱਗੇ, ਛੇ ਪੁੱਤਰ ਵੀ ਜੰਮੇ। ਆਖਿਆ ਛੇ ਪੁੱਤ ਜਾਏ ਬੇਸਵਾ, ਪਾਪਾਂ ਦੇ ਫਲ ਇੱਛੇ ਲਹਿਆ। ਇੱਕ ਦਿਨ ਅਜਾਮਲ ਦਾ ਗੁਰੂ ਜਾ ਰਿਹਾ, ਕੋਠੇ ਤੇ ਬੈਠਾ ਸੀ, ਨਜ਼ਰ ਜੋ ਪਈ ਮੇਰਾ ਗੁਰੂ, ਕੋਈ ਪੁਰਬਲਾ ਪੁੰਨ ਜਾਗ ਪਿਆ। ਆਖਿਆ ਮਨਾ, ਗੁਰੂ ਤੋਂ ਬੇਮੁਖ ਹੋਇਆ ਹੋਇਆ ਤੇ ਅੱਜ ਜੇ ਸੰਜੋਗੀ ਸਮਾਂ ਬਣਿਆ ਤਾਂ ਇਸ ਵੇਲੇ ਤੋਂ ਲਾਭ ਉਠਾ। ਇਹ ਵੇਲਾ ਜੇ ਇੱਥੋਂ ਬੀਤ ਗਿਆ ਤਾਂ ਮੁੜ ਇਹ ਵੇਲਾ ਹੱਥ ਨਹੀਂ ਆਉਣਾ। ਇਹ ਵੇਲਾ ਨਾ ਲੈ ਸੀ ਮੂੜੇ, ਫਿਰ ਤੂੰ ਜੰਮ ਕੇ ਵਸ ਪੜਿਆ, ਫਿਰ ਬਹਿ ਜਾਏਗਾ ਜਮਾ ਦੇ ਵਸ, ਆਈ ਵੇਲਾ। ਇੱਕ ਵਾਰੀ ਆਪਣੇ ਮਹਾਂਪੁਰਖ ਨੂੰ, ਆਪਣੇ ਪ੍ਰੀਤਮ ਨੂੰ, ਆਪਣੇ ਪਿਆਰੇ ਨੂੰ ਜਾ ਮੱਥਾ ਟੇਕ। ਇਹ ਪੁੰਨਾਂ ਨੇ ਪ੍ਰੇਰਿਆ, ਪਾਪ ਪ੍ਰੇਰਦੇ ਤਾਂ ਆਖਦਾ ਬੜੀ ਸੇਵਾ ਕੀਤੀ ਹੈ, ਕੀ ਮਿਲਿਆ ਅੱਗੇ, ਪਰ ਪੁੰਨਾਂ ਨੇ ਪ੍ਰੇਰਿਆ ਸੀ, ਪੁੰਨਾਂ ਨੇ ਪ੍ਰੇਰਿਆ ਸੀ ਵੀ ਤੇਰਾ ਗੁਰੂ ਜਾਂਦਾ, ਇੱਕ ਵਾਰੀ ਮੱਥਾ ਟੇਕ ਲੈ, ਫਿਰ ਇਹ ਸੰਜੋਗੀ ਮੇਲਾ ਕਦੋਂ ਆਏਗਾ। ਆਇਆ ਤੇ ਆਣ ਕੇ ਮੱਥਾ ਟੇਕੀ, ਉਸ ਮਹਾਂਪੁਰਖ ਖੜੋ ਗਿਆ, ਆਖਣ ਲੱਗੇ ਕੌਣ ਹੈ? ਰੋ ਪਿਆ। ਮਹਾਂਪੁਰਖ ਦਾ ਦਰਸ਼ ਹੀ ਐਸਾ, ਜਿਸ ਵੇਲੇ ਦਰਸ਼ਨ ਹੁੰਦਾ ਹੈ ਤਾਂ ਮਨ ਪੁਣਿਆ ਜਾਂਦਾ, ਉਸ ਵੇਲੇ ਮਨ ਨੂੰ ਪਾਪ ਛੱਡ ਜਾਂਦੇ ਹਨ। ਦਰਸ਼ਨ ਦੇਖਤ ਪਾਪ ਸਭ ਨਸ, ਦੇਖਿਆ ਦਰਸ਼ਨ ਪਾਪ ਨਸ ਗਏ ਤੇ ਮੂੰਹੋਂ ਨਿਕਲਿਆ ਅਜਾਮਲ। ਗੁਰੂ ਜੀ ਮੈਂ ਅਜਾਮਲ ਹਾਂ, ਮਹਾਂਪੁਰਖੋ ਮੈਂ ਤੁਹਾਡਾ ਸੇਵਾਦਾਰ ਹਾਂ, ਚੇਤੇ ਕਰੋ ਉਸ ਅਜਾਮਲ ਨੂੰ ਜੋ ਇਹਨਾਂ ਜਿੰਨਾ ਸੀ ਤੁਹਾਡੇ ਚਰਨਾਂ ਵਿੱਚ ਆਇਆ ਤੇ ਤੁਹਾਡੀ ਸੇਵਾ ਵਿੱਚ ਲੱਗਾ, ਪਰ ਕੋਈ ਖੋਟਾ ਕਰਮ ਵੀ ਸੀ ਕੀਤਾ ਹੋਇਆ ਜਿਸ ਨੇ ਤੁਹਾਡੇ ਚਰਨਾਂ ਤੋਂ ਵਿਛੋੜ ਦਿੱਤਾ। ਖੁਦ ਕਰਮ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਕਿਰਪਾ ਕਰਕੇ ਮਿਲੋ ਬਾਬਾ ਜੀ। ਖੁਦ ਕਰਮ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਖੁਦ ਕਰਮ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਕਿਰਪਾ
I'm sorry.
ਵਿਛੋੜਿਆ ਮਨ ਅਭਮਾਨ ਵਿਛੜ ਦੂਰ ਪਈਆ ਬਚੜਾ ਅਜਾਮਲ ਮੈਂ ਤਾਂ ਤੈਨੂੰ ਉਡੀਕਦਾ ਥੱਕ ਗਿਆ ਤੂੰ ਕਿੱਧਰ ਚਲਾ ਗਿਆ ਸੀ ਬਾਬਾ ਇਹ ਨਾ ਪੁੱਛ ਕਿ ਮੈਂ ਕਿੱਧਰ ਚਲਾ ਗਿਆ ਮੈਂ ਗਿਆ ਸਾਂ ਕੁੰਭੀ ਨਰਕ ਵਿੱਚ
ਮੈਂ ਪੈ ਗਿਆ ਨਰਕਾਂ ਵਿੱਚ ਜਿੱਥੇ ਨਰਕਾਂ ਦੀ ਅੱਗ ਨੇ ਮੇਰੇ ਸ਼ੁਭ ਕਰਮ ਸਾੜ ਕੇ ਸਵਾਹ ਕਰ ਦਿੱਤੀ। ਦੱਸਣਾ ਪਿਆ ਗੁਰੂ ਦੇਵ ਮੈਂ ਤੈਥੋਂ ਬੇਮੁਖ ਹੋ ਕੇ ਕੰਜਰੀ ਜੋਗਾ ਹੋ ਗਿਆ। ਕੰਜਰੀ ਜੋਗਾ ਇਹ ਮੈਂ ਕਿਆ ਸੁਣ ਰਿਹਾ? ਆਖਿਆ ਸੱਚ ਗੁਰੂ ਅੱਗੇ ਸੱਚ ਨਾ ਬੋਲਾਂਗਾ। ਦੁਨੀਆਂ ਨਾਲ ਵੱਲ ਛਲ ਕੀਤੇ ਗੁਰੂ ਨਾਲ ਵੀ, ਸੱਪ ਵੀ ਖੁੱਡ ਵਿੱਚ ਵੜਦਾ ਸਿੱਧਾ ਹੋ ਕੇ, ਗੁਰੂ ਅੱਗੇ ਤਾਂ ਸੱਚ ਬੋਲਿਆ ਗਿਆ। ਗੁਰੂ ਕੀ ਸਹੁੰ ਖਾ ਕੇ ਮੁਕਰ ਜਾਂਦੇ, ਗੁਰੂ ਵਿੱਚ ਜਾਮਨ ਦੇ ਕੇ ਤੇ ਫਿਰ ਮੁਕਰ ਜਾਂਦੇ। ਤੂੰ ਜਾਣਨੇ ਗੁਰੂ ਮੇਰਾ ਕਿਆ ਕਰ ਲਏਗਾ? ਤੇਰਾ ਲੋਕ ਪ੍ਰਲੋਕ ਸਭ ਕੁਝ ਗੁਰੂ ਦੇ ਹੱਥ। ਅਜਾਮਨ ਨੇ ਆਖਿਆ ਜੀ ਮੈਂ ਸੱਚੋ ਸੱਚ ਕਹਿ ਰਿਹਾ, ਤੁਹਾਥੋਂ ਬੇਮੁਖ ਹੋ ਕੇ ਮੈਂ ਕੰਜਰੀ ਦੇ ਚੁਬਾਰੇ ਜਾ ਚੜਿਆ, ਐਸਾ ਮੇਰਾ ਮਨ ਲੁਭਾਇਆ ਮੁੜ ਕਦੇ ਤੁਹਾਡਾ ਚੇਤਾ ਹੀ ਨਾ ਆਇਆ। ਤੇ ਫਿਰ ਅੱਜ ਇਹ ਵੀ ਤੁਹਾਡੀ ਕਿਰਪਾ, ਜੇ ਤੁਸੀਂ ਇੱਥੋਂ ਦੀ ਲੰਘੇ ਤੇ ਮੇਰੇ ਮਨ ਮੱਥਾ ਟੇਕਣ ਦਾ ਫੁਰਨਾ ਹੋ ਗਿਆ। ਚੱਲ ਬੇਟਾ ਚੱਲੀ, ਜਿਵੇਂ ਹੁਣ ਜਾਣ ਜੋਗਾ ਰਿਹਾ ਨਹੀਂ। ਕਿਉਂ ਪੁੱਤਰ? ਜੀ ਪਾਪਾਂ ਦੇ ਬੂਟੇ ਨੂੰ ਫਲ ਲੱਗ ਚੁੱਕੇ। ਪੁੱਤਰ ਉਪੰਨਾ ਸਤਵਾਂ ਜੰਮਣ ਵਾਲਾ ਹੈ, ਛੇ ਜੰਮ ਚੁੱਕੇ, ਛੇ ਪੁੱਤ ਜਾਏ ਵੇਸਵਾ, ਪਾਪਾਂ ਦੇ ਫਲ ਇੱਛੇ ਲਹਿਆ। ਫਿਰ ਤੇਰੀ ਮਰਜ਼ੀ, ਮੈਂ ਕਿਆ ਕਰ ਸਕਦਾ? ਜਦ ਮਹਾਂਪੁਰਖ ਨੇ ਕਦਮ ਅਗਾਂਹ ਰੱਖਿਆ ਤਾਂ ਅਜਾਮਲ ਲਿਪਟ ਗਿਆ। ਕੋਈ ਹੋਰ ਥਾਂ ਹੈ ਜਿੱਥੇ ਜਾ ਕੇ ਕੂਕਾ? ਦੂਜੀ ਜਾਏ ਨਾ ਸੁਜਈ, ਹਾਂ ਕਿੱਥੇ ਕੂਕਣ ਜਾ। ਦੂਜੀ ਜਾਏ ਨਾ ਸੁਜਈ, ਹਾਂ ਕਿੱਥੇ ਕੂਕਣ ਜਾ। ਜੀਵਾਨਾ ਨਹੀਂ ਮਨ ਅੰਦਰੇ।
ਆਪਣੀਆਂ ਚਰਨਾਂ ਠੋਕਰ ਮਾਰ ਕੇ ਨਾ ਜਾਓ। ਤਰਸ ਆ ਗਿਆ, ਮਹਾਂਪੁਰਖ ਬੜੇ ਦਿਆਲੂ ਹੁੰਦੇ, ਹੱਥਾਂ ਵਿੱਚ ਮਿਹਰ, ਨਿਗਾਹ ਵਿੱਚ ਮਿਹਰ, ਰਸਨਾ ਤੇ ਮਿਹਰ, ਚਰਨਾਂ ਵਿੱਚ ਮਿਹਰ, ਹਿਰਦੇ ਵਿੱਚ ਮਿਹਰ। ਕਿਸੇ ਰਸਤਿਓ ਕੋਈ ਆਵੇ ਸਹੀ, ਮੇਰ ਹੋਈ ਸਮਝ, ਅਸੀਂ ਆਪ ਹੀ ਕੰਡ ਕੀਤੀ ਫਿਰਨੇ ਆ। ਇੱਕ ਵਾਰੀ ਕਿਤੇ ਪੀੜਾ ਪਵੇ, ਬਾਹਾਂ ਉੱਚੀਆਂ ਕਰਕੇ ਪੁਕਾਰੋ, ਬਾਬਾ ਜੀ ਰੱਖਿਆ ਕਰੋ। ਫਿਰ ਦੇਖ ਲੈਣਾ ਕਿਵੇਂ ਰੱਖਿਆ ਹੁੰਦੀ। ਇਹ ਸੁਣੀਆਂ ਸੁਣਾਈਆਂ ਨਹੀਂ, ਅਜ਼ਮਾਈਆਂ ਆਈਆਂ। ਅਜਾਮਲ ਜਿਸ ਵੇ ਰੋ ਪਿਆ ਤਾਂ ਮੇਰ ਆਈ, ਮਨ ਮੇਰ ਪਈ ਮਹਾਂਪੁਰਖ ਦੇ ਆਖੇ, ਅੱਛਾ ਬੇਟਾ ਰੋ ਨਹੀਂ, ਤੂੰ ਮੇਰੀ ਬੜੀ ਸੇਵਾ ਕੀਤੀ ਹੋਈ ਹੈ, ਉਸ ਸੇਵਾ ਨੇ ਮੈਨੂੰ ਤੇਰਾ ਕਰਜ਼ਾਈ ਕੀਤਾ ਹੈ, ਮੈਂ ਤੇਰਾ ਕਰਜ਼ ਦੇਣਾ ਹੈ। ਬਹੁਤ ਪੁੰਨ ਤੂੰ ਆਪਣੇ ਸਾੜ ਕੇ ਸਵਾਹ ਕਰ ਬੈਠਾ, ਫਿਰ ਵੀ ਤੇਰੇ ਪੁੰਨ ਅਜੇ ਬਕਾਇਆ ਪਏ ਹਨ। ਸਾਰੇ ਨਹੀਂ ਬਸ ਹੋ ਗਏ, ਕੀ ਆਖੀਏ, ਸੱਤਵਾਂ ਪੁੱਤਰ ਜੰਮਣ ਵਾਲਾ ਹੈ। ਜੀ ਹਾਂ, ਇਸ ਵੇਲੇ ਦਾ ਤੁਹਾਨੂੰ ਵੇਖਿਆ, ਗੱਲ ਕਰਦੇ ਨੂੰ ਵੀ ਸ਼ਰਮ ਆਉਂਦੀ। ਕਹਿਣ ਲੱਗੇ, ਬੇਟਾ ਜਿਸ ਵੇਲੇ ਸੱਤਵਾਂ ਪੁੱਤਰ ਜੰਮੇ, ਮੇਰੇ ਪਾਸ ਲਿਆਈ, ਉਸਦਾ ਨਾਮ ਮੈਂ ਰੱਖਾਂਗਾ। ਤੋ ਭਾਈ ਸਾਹਿਬ ਆਖਦੇ ਨੇ, ਪੁੱਤਰ ਉਪੰਨਾ ਸੱਤਵਾਂ, ਨਾਉ ਧਰਨ ਨੂੰ ਚਿੱਤ ਉਮਹਿਆ, ਗੁਰੂ ਦੁਆਰੇ ਜਾਏ ਕੇ। ਕੰਜਰੀ ਨੂੰ ਕਹਿਣ ਲੱਗਾ, ਸੱਤਵੇਂ ਪੁੱਤਰ ਦਾ ਨਾਮ ਮੈਂ ਗੁਰੂ ਤੋਂ ਰੱਖਾਂਗਾ। ਮੈਂ ਆਖਿਆ, ਤੇਰਾ ਵੀ ਕੋਈ ਗੁਰਪੀਰ ਹੈ? ਮੇਰੇ ਪਾਸ ਤਾਂ ਉਹੀ ਆਉਂਦੇ ਹਨ ਜੋ ਗੁਰੂ ਦੇ ਮਾਰੇ ਹੋਏ, ਗੁਰੂ ਦੇ ਛੁਟਕਾਰੇ ਹੋਏ ਹੁੰਦੇ। ਤੇਰਾ ਵੀ ਕੋਈ ਗੁਰਪੀਰ ਹੈ? ਉਸਨੇ ਆਖਿਆ, ਹਾਂ ਹੈ। ਔਰ ਉਸਦਾ ਬਚਨ ਹੈ, ਜਿਸ ਵੇਲੇ ਸੱਤਵਾਂ ਪੁੱਤਰ ਹੋਵੇ, ਮੇਰੇ ਕੋਲ ਲਿਆਈ, ਨਾਮ ਮੈਂ ਰੱਖਾਂਗਾ। ਆਖਿਆ, ਫਿਰ ਲੈ ਜਾ, ਦੇਰ ਨਾ ਕਰ। ਸ਼ੌਚਾਲੇ ਵਿੱਚ ਲਪੇਟ ਕੇ ਲਿਆਇਆ ਤੇ ਆਣ ਚਰਨਾਂ ਤੇ ਰੱਖਿਆ। ਲਓ ਮਹਾਰਾਜ, ਪਾਪਾਂ ਦੇ ਬੂਟੇ ਨੂੰ ਇਹ ਸੱਤਵਾਂ ਫਲ ਲੱਗਾ ਜੀ। ਮਹਾਂਪੁਰਖ ਨੇ ਉਸ ਬੱਚੇ ਨੂੰ ਗੋਦ ਵਿੱਚ ਲੈ ਲਿਆ, ਮਸਤਕ ਤੇ ਹੱਥ ਰੱਖਿਆ, ਨਜ਼ਰ ਕੀਤੀ, ਪਤਾ ਨੀ ਕਿਹੜੀਆਂ ਰੇਖਾ ਮਿਟਾਈਆਂ ਤੇ ਕਿਹੜੀਆਂ ਨਵੀਆਂ ਲਿਖੀਆਂ। ਇਹ ਤਾਂ ਉਹੀ ਜਾਣ, ਹੋਣ ਹਾਰ ਟਾਲੇ ਸੰਤ, ਮੂਹੇ ਕੋ ਜਿਵਾਲੇ ਸੰਤ, ਹੋਣ ਹਾਰ ਟਾਲੇ ਸੰਤ। ਤੇ ਸੰਤ ਨੂੰ ਸਮਰਥਾ ਹੈ ਹੋਣੀਆਂ ਟਾਲ ਦਿੰਦਾ, ਕਿਸ ਦੇ ਸਦਕੇ? ਨਾਮ ਦੇ ਸਦਕੇ, ਕਿਉਂਕਿ ਇਸਨੇ ਜਪਿਆ। ਜਪਣ ਦੀ ਸਕੋਲ ਮੋਹਰ ਹੈ, ਇਹ ਮੋਹਰ ਕਿਸੇ ਕੋਰੇ ਕਾਗਜ਼ ਤੇ ਲਾ ਦੇ, ਨੋਟ ਬਣ ਜਾਏਗਾ, ਜਿੱਥੇ ਮਰਜ਼ੀ ਚਲਾ ਲੈ। ਹੋਣ ਹਾਰ ਟਾਲੇ ਸੰਤ, ਮੂਹੇ ਕੋ ਜਿਵਾਲੇ ਸੰਤ, ਹੋਣ ਹਾਰ ਟਾਲੇ ਸੰਤ,
nikale fai mena upanda ਕੇ ਝੋਲੀ ਪਾਇਆ ਲੈ ਅਜਾਮਲ ਲਹਿ ਜਾ ਇਸ ਦਾ ਨਾਮ ਹੈ ਹੀ ਨਰਾਇਣ ਪੁੱਤਰ ਉਪੰਨਾ ਸਤਵਾਂ ਨਾਉ ਧਰਨ ਨੂੰ ਚਿੱਤ ਉਮਹਿਆ ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਮ ਨਰਾਇਣ ਕੈ ਗੁਰਮੁਖ ਆ ਗੁਰਮੁਖ ਛੋਟਾ ਜਿਹਾ ਸੀ ਕੁਛ ਦਿਨਾਂ ਦਾ ਬਾਬਾ ਜੀ ਸਨ ਪੱਤੋ ਕੀ ਬਹੁਤਿਆਂ ਨੂੰ ਯਾਦ ਹੈ ਉਹ ਵੇਲਾ ਪੱਤੋ ਕੀ ਇੱਕ ਬੜਾ ਮੈਦਾਨ ਸੀ ਨਹਿਰ ਦੇ ਨਾਲ ਉੱਥੇ ਅੰਦਾਜ਼ਾ ਲਗਾਇਆ ਗਿਆ ਸੀ ਵੀ ਅੱਜ ਸੰਗਤ ਕਿਤਨੀ ਹੈ ਪੂਰਨਮਾਸ਼ੀ ਵਾਲੇ ਦਿਨ ਆਖਿਆ ਲੱਖ ਤੋਂ ਉੱਪਰ ਤੇ ਇੱਕ ਬੜਾ ਅਚਰਜ ਕੌਤਕ ਕੀਤਾ ਬਾਬਾ ਜੀ ਨੇ ਇਤਨੀ ਸੰਗਤ ਤੇ ਬਾਬਾ ਜੀ ਥਾਂ ਪੁੱਟ ਕੇ ਬਹਿੰਦੇ ਸਨ ਰੌਲਾ ਪਵੇ ਸਭ ਕੋਈ ਉੱਠ ਉੱਠ ਕੇ ਵੇਖੇ ਬਾਬਾ ਜੀ ਕਹਿਣ ਬਈ ਸਮਾਂ ਪਿਆ ਜਾਂਦਾ ਸੰਗਤ ਨੂੰ ਚੁੱਪ ਕਰਾਓ ਸੇਵਾਦਾਰਾਂ ਬੇਨਤੀ ਕੀਤੀ ਜਿਹੜੇ ਮੁਖੀ ਸਰਦਾਰ ਸਨ ਸੇਵਾ ਵਿੱਚ ਖੜੋਤੇ ਹੋਏ ਜੀ ਸੰਗਤ ਨੂੰ ਦਰਸ਼ਨ ਨਹੀਂ ਹੁੰਦੇ ਇਸ ਵਾਸਤੇ ਰੌਲਾ ਪੈਂਦਾ ਸਭ ਕੋਈ ਆਪਦਾ ਦਰਸ਼ਨ ਕਰਨਾ ਚਾਹੁੰਦਾ ਤੇ ਫਿਰ ਕੀ ਹੋਵੇ ਬਈ ਉਹਨਾਂ ਸਾਰਿਆਂ ਨੇ ਵਿਚਾਰ ਕੇ ਆਖਿਆ ਜੀ ਹੋਵੇ ਇਹ ਇੱਕ ਤਖ਼ਤ ਪੋਸ਼ ਵਿਛਾ ਦੇਈਏ ਤੇ ਆਪ ਉਸਦੇ ਉੱਤੇ ਬੈਠ ਜਾਓ ਓਏ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੈਂ ਕੌਣ ਹਾਂ ਗੱਦੀ ਲਾਭਾਂ ਸਾਹਮਣੇ ਜੀ ਇਹ ਉਸ ਤੋਂ ਛੋਟਾ ਨੀਵਾਂ ਕਰਕੇ ਰੱਖਾਂਗੇ ਪਰ ਕੁਛ ਉੱਚਾ ਹੋਵੇ ਜੋ ਸੰਗਤ ਦੇਖ ਲਵੇ ਕਹਿਣ ਲੱਗੇ ਨਾ ਬਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੌਣ ਜਮਿਆ ਉੱਚਾ ਬਹਿਣ ਵਾਲਾ ਜਿਹਨੂੰ ਪੂਜਣੇ ਉਸੇ ਦੇ ਸਾਹਮਣੇ ਉੱਚਾ ਬਹਿਣਾ ਕਰੋ ਬਈ ਕੀਰਤਨ ਕੀਰਤਨ ਆਰੰਭ ਹੋਇਆ ਫਿਰ ਰੌਲਾ ਪਿਆ ਬਾਬਾ ਜੀ ਨੇ ਫਿਰ ਪਿਛਾ ਪਰਤ ਕੇ ਵੇਖਿਆ ਕਿਉਂ ਬਈ ਚੁੱਪ ਕਰਾਓ ਅਕੇ ਜੀ ਇਹ ਸੰਗਤ ਸਾਥੋਂ ਚੁੱਪ ਨਹੀਂ ਇਹ ਚਾਹੁੰਦੀ ਹੈ ਆਪ ਦਾ ਦਰਸ਼ਨ ਕਰਨਾ ਆਪ ਬੈਠੇ ਹੋ ਨੀਵੇਂ ਕਿਸੇ ਨੂੰ ਦਰਸ਼ਨ ਨਹੀਂ ਹੁੰਦਾ ਆਖਣ ਲੱਗੇ ਅਲਾ ਚੰਗਾ ਬਈ ਫਿਰ ਲਿਆਓ ਤਖ਼ਤ ਪੋਸ਼ ਸਾਰੇ ਪ੍ਰਸੰਨ ਹੋ ਗਏ ਤਖ਼ਤ ਪੋਸ਼ ਆ ਗਿਆ ਉੱਤੇ ਚਾਂਦਨੀ ਲਾਓ ਸਤ ਬਚਨ ਸੋਚਿਆ ਜਾਂ ਤੇ ਤਖ਼ਤ ਪੋਸ਼ ਤੇ ਨਹੀਂ ਸਨ ਬਹਿੰਦੇ ਤੇ ਜਾਂ ਚਾਂਦਨੀ ਲਾ ਕੇ ਬੈਠਣਗੇ ਚੰਦਵਾ ਲਗਾ ਕੇ ਬੈਠਣਗੇ ਪਰ ਜਿਸ ਵੇਲੇ ਚਾਂਦਨੀ ਵੀ ਲੱਗ ਗਈ ਤਾਂ ਕਹਿਣ ਲੱਗੇ ਹੁਣ ਚੰਗੀ ਵਿਛਾਈ ਕਰੋ ਸੋਹਣੀ ਸਤ ਬਚਨ ਚੰਗੀ ਵਿਛਾਈ ਜਿਸ ਵੇਲੇ ਹੋ ਗਈ ਤਾਂ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਲਿਆਓ ਗੁਰੂ ਗ੍ਰੰਥ ਸਾਹਿਬ ਲਿਆ ਕੇ ਪ੍ਰਕਾਸ਼ ਕਰੋ ਮੈਂ ਨਾਲ ਖੜੋਤਾ ਚੌਰ ਕਰੀ ਜਾਵਾਂ ਸੰਗਤ ਦੇਖ ਲਏਗੀ ਜੇ ਸੰਗਤ ਨੂੰ ਦਰਸ਼ਨ ਵੀ ਦਿੱਤੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਬਣ ਕੇ ਦਿੱਤਾ ਉੱਥੇ ਇਹ ਗੁਰਮੁਖ ਕੁਛ ਦਿਨਾਂ ਦਾ ਹੀ ਸੀ ਇਸ ਦੀ ਮਾਤਾ ਲਿਆਈ ਵੀ ਹੈ ਬਿਮਾਰ ਪਤਾ ਨਹੀਂ ਕਿਸ ਵੇਲੇ ਮਰ ਜਾਏ ਤੇ ਮੈਂ ਇਸਨੂੰ ਲੈ ਕੇ ਉੱਥੇ ਚੱਲਦੀ ਹਾਂ ਜੇ ਇੱਕ ਦੋ ਦਿਨ ਹੋਰ ਕੱਢ ਗਿਆ ਤਾਂ ਤੋੜ ਪਹੁੰਚ ਪਵਾਂਗੀ ਨਹੀਂ ਤਾਂ ਰਾਹ ਵਿੱਚ ਸੁਣਿਆ ਕਈ ਫੁੱਲ ਆਉਂਦੇ ਨੇ ਦਰਿਆ ਦੇ ਕਿਤੇ ਸੁੱਟ ਦਿਆਂਗੀ ਪਹੁੰਚ ਗਈ ਲੈ ਕੇ ਬਾਬਾ ਜੀ ਨੂੰ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਬਾਬਾ ਜੀ ਕਹਿਣ ਲੱਗੇ ਬੱਚਾ ਕਿਹਦਾ ਬਈ ਜਾਣੀ ਜਾਣ ਸਭ ਕੁਝ ਜਾਣਦੇ ਇਹ ਬੱਚਾ ਕਿਹਦਾ ਭਾਈ ਅਨੇਕਾਂ ਬੱਚੇ ਆਏ ਕਦੇ ਨਾ ਪੁੱਛਿਆ ਅੱਜ ਉਚੇਚਾ ਪੁੱਛਣ ਲੱਗੇ ਬੱਚਾ ਕਿਹਦਾ ਹੈ ਨਾਮ ਲਿਆ ਮੇਰਾ ਜੀ ਉਹਦਾ ਬੁਲਾਓ ਅਖੇ ਇਹ ਤਾਂ ਬਿਮਾਰ ਹੈ ਇਹਦਾ ਇਲਾਜ ਕਿਉਂ ਨਹੀਂ ਕਰਦਾ ਹੁਣ ਬਾਬਾ ਜੀ ਨੂੰ ਪਤਾ ਵੀ ਛੁੱਟੀ ਅਸੀਂ ਦਿੰਦੇ ਨਹੀਂ ਘਰ ਜਾਵੇ ਤਾਂ ਇਲਾਜ ਕਰੇ ਸਾਡੇ ਕੋਲ ਹੈ ਇਹ ਅੱਜ ਲੈ ਕੇ ਪਈ ਆਉਂਦੀ ਆ ਇਲਾਜ ਕਦੋਂ ਹੋਵੇ ਪਰ ਸੱਦ ਲਿਆ ਸਾਹਮਣੇ ਕਿਉਂ ਵੀ ਤੇਰਾ ਬੱਚਾ ਬਿਮਾਰ ਹੈ ਤੇ ਤੂੰ ਇਸਦਾ ਇਲਾਜ ਨਹੀਂ ਕਰਦਾ
ਮੈਂ ਕਿਹਾ ਜੀ ਇਸਦਾ ਇਹੀ ਇਲਾਜ ਸੀ ਇਹ ਹੁਣ ਪਹੁੰਚ ਗਿਆ ਇੱਥੇ ਅੱਗੋਂ ਜਿਵੇਂ ਤੁਹਾਡੀ ਰਜਾ ਹੱਸ ਕੇ ਕਹਿਣ ਲੱਗੇ ਮੁੰਡੇ ਨੇ ਦਮ ਤੋਂ ਬੜਾ ਮਾਰਿਆ ਬਈ ਫਿਰ ਜੇ ਮਰ ਜਾਏ ਤਾਂ ਇਹ ਵੀ ਤੁਹਾਡੀ ਰਜਾ ਤੇ ਇਲਾਜ ਇਸਦਾ ਇਹ ਹੀ ਆ ਵੀ ਇੱਥੇ ਆ ਗਿਆ ਤੇ ਮੈਂ ਕਿਸੇ ਦੀ ਉਮਰ ਕੱਢ ਕੇ ਇਹਨੂੰ ਲਾ ਦਿਆਂਗਾ ਮੈਂ ਕਿਹਾ ਜੀ ਮੈਂ ਤਾਂ ਇਹ ਨਹੀਂ ਆਖਿਆ ਜਿਵੇਂ ਤੁਹਾਡੀ ਰਜਾ ਅੱਗੇ ਸਹਿ ਜਾਏਗਾ ਉੱਤੋਂ ਕਿਸੇ ਨੇ ਗੱਲ ਸੁਣਾ ਦਿੱਤੀ ਉਹਨੂੰ ਪਤਾ ਸੀ ਅੱਗੇ ਜੀ ਇਹ ਬਾਹਰ ਗਿਆ ਹੋਇਆ ਸੀ ਘਰ ਆਇਆ ਰਾਤੀ ਇਹਦਾ ਪਿੱਛੋਂ 3 ਸਾਲ ਦਾ ਇੱਕ ਬੱਚਾ ਗੁਜ਼ਰ ਗਿਆ ਸੀ ਘਰਵਾਲੀ ਰੋ ਰਹੀ ਸੀ ਉਹਨੂੰ ਕਹਿਣ ਲੱਗਾ ਬਈ ਮੈਂ ਥੱਕਾ ਹੋਇਆ ਆਇਆ ਸਵੇਰੇ ਪੁੱਛ ਲਾਂਗੇ ਵੀ ਕਿਵੇਂ ਮਰ ਗਿਆ ਤੇ ਤੂੰ ਹੁਣ ਚੁੱਪ ਕਰ ਜੀ ਹੈ ਤਾਂ ਇਹੋ ਜਿਹਾ ਅੜਬ ਹੱਸ ਪਏ ਬਾਬਾ ਜੀ ਕਹਿਣ ਲੱਗੇ ਬਈ ਇਲਾਜ ਕਰਨਾ ਬਣਦਾ ਅੱਗੋਂ ਵਾਹਿਗੁਰੂ ਦੀ ਮਰਜ਼ੀ ਸਤ ਬਚਨ ਇਲਾਜ ਕੱਖ ਦਾ ਵੀ ਇਲਾਜ ਲੱਖ ਦਾ ਵੀ ਟਾਂਗਾ ਪਿਆ ਜਾਂਦਾ ਸੀ ਪਤੋ ਕੀ ਸਟੇਸ਼ਨ ਤੇ ਸ਼ੀਸ਼ੀ ਪਕੜਾਈ 2 ਪੈਸੇ ਦਿੱਤੇ ਅਰਕ ਗੁਲਾਬ ਦਾ ਲਿਆਂਗਾ ਇਹ ਵੀ ਇਲਾਜ ਹੈ ਦਵਾਈਆਂ ਜ਼ਰੂਰ ਟੀਕੇ ਹੁੰਦੇ ਹਨ ਅਰਕ ਗੁਲਾਬ ਵੀ ਦਵਾਈ ਹੈ ਜੇ ਲੱਗ ਜਾਏ ਤਾਂ ਜਿਸ ਵੇਲੇ ਉਹ ਸ਼ੀਸ਼ੀ ਆਈ 2 ਬੂੰਦਾਂ ਪਾਈਆਂ ਇਹ ਤਾਂ ਬਦਲ ਗਿਆ ਹੋਰ ਦਾ ਹੋਰ ਹੋ ਗਿਆ ਕੁਛ ਦਿਨਾਂ ਵਿੱਚ ਹੀ ਤਕੜਾ ਹੋ ਗਿਆ ਬਾਬਾ ਜੀ ਬਾਹਰ ਝਾੜੀ ਦੇ ਓਹਲੇ ਬੈਠਦੇ ਹੁੰਦੇ ਸਨ ਇੱਕ ਵੱਡੀ ਸਾਰੀ ਝਾੜੀ ਜਿਹਦਾ ਖਲੇਰ ਸੀ ਉਹਨੂੰ ਵਿੱਚੋਂ ਕੱਟ ਕੇ ਵਿੱਚ ਆਸਣ ਵਿਛਾ ਕੇ ਉੱਥੇ ਭਗਤੀ ਕਰਦੇ ਸਨ ਬੰਦਗੀ ਕਰਦੇ ਸਨ ਗੁਰੂ ਨਾਨਕ ਨਾਲ ਜੁੜਦੇ ਸਨ ਮੈਂ ਡਰਦਾ ਡਰਦਾ ਹੌਲੀ ਹੌਲੀ ਨੇੜੇ ਚਲਾ ਗਿਆ ਕਹਿਣ ਲੱਗੇ ਕਿਹੜਾ ਮੈਂ ਕਿਹਾ ਜੀ ਸੁਜਾਨ ਸਿੰਘ ਕੀ ਕਹਿੰਦਾ ਬਈ ਮੈਂ ਕਿਹਾ ਜੀ ਉਹ ਮੁੰਡੇ ਦਾ ਨਾਮ ਵੀ ਰੱਖਣਾ ਸੀ ਜਾ ਭਾਈ ਜੀ ਮੈਂ ਮੁੰਡਿਆਂ ਦੇ ਨਾਂ ਰੱਖਦਾ ਫਿਰਨਾ ਦੋ ਚਾਰ ਕਦਮ ਪਿੱਛਾਂ ਹਟ ਗਿਆ ਫਿਰ ਥੋੜਾ ਜਿਹਾ ਹੌਸਲਾ ਹੋਇਆ ਮੁੜ ਅੱਗੇ ਵਧਿਆ ਉਹ ਤੂੰ ਕਹਿੰਦਾ ਕੀ ਹੈ ਮੈਂ ਕਿਹਾ ਜੀ ਨਾਮ ਰੱਖਣਾ ਸੀ ਕਹਿਣ ਲੱਗੇ ਅਲਾ ਚੰਗਾ ਬਈ ਗੁਰਮੁਖ ਰੱਖ ਦਿੰਦੇ ਹਾਂ ਖਬਰੇ ਗੁਰਮੁਖੀ ਬਣ ਜਾਏ ਗੁਰਮੁਖ ਨਾਮ ਰੱਖ ਦਿੰਦੇ ਹਾਂ ਖਬਰੇ ਗੁਰਮੁਖੀ ਬਣ ਜਾਏ ਮਹਾਂਪੁਰਖ ਦੀ ਨਜ਼ਰ ਮਹਾਂਪੁਰਖ ਦੀ ਕਿਰਪਾ ਇਹ ਕੋਈ ਗਿਣੀ ਮਿੱਠੀ ਨਹੀਂ ਇਹ ਤਾਰਨ ਉੱਤੇ ਆਵੇ ਤਾਂ ਪਲ ਨਹੀਂ ਲਾਉਂਦਾ ਵੈਸਾ ਉਹ ਮਹਾਂਪੁਰਖ ਰੱਬ ਦਾ ਪਿਆਰਾ ਜਿਸਨੇ ਆਖਿਆ ਮੈਂ ਇਸਦਾ ਨਾਮ ਰੱਖਦਾ ਹਾਂ ਨਾਰਾਇਣ ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਉ ਨਾਰਾਇਣ ਕਹਿਆ ਨਾਰਾਇਣ ਨਾਮ ਆਖਿਆ ਸਤ ਬਚਨ ਨਾਰਾਇਣ ਨਾਮ ਨੇ ਫਿਰ ਵਿਖਾਈ ਆਪਣੀ ਕਰਾਮਾਤ ਹਰ ਵੇਲੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਨਾਰਾਇਣ ਨਾਰਾਇਣ ਕਰਦਾ ਫਿਰ ਅੰਤ ਵੇਲਾ ਆ ਗਿਆ ਅੰਤ ਕਾਲ ਜਮਦੂਤ ਵੇਖ ਉਤ ਨਾਰਾਇਣ ਬੋਲੇ ਸ਼ਹਿਆ ਡਰ ਕੇ ਮੂੰਹ ਆਵਾਜ਼ ਨਿਕਲੀ ਉਹ ਨਾਰਾਇਣ ਮੈਨੂੰ ਰੱਖ ਲੈ ਨਾਰਾਇਣ ਮੈਨੂੰ ਬਚਾ ਲੈ ਨਾਰਾਇਣ ਮੈਨੂੰ ਲਈ ਜਾਂਦੇ ਨੀ ਨਾਰਾਇਣ ਨੇ ਆਖਿਆ ਭਾਵੇਂ ਖਿਆਲ ਪੁੱਤਰ ਦਾ ਪਿਆ ਕਰਦਾ ਨਾਮ ਤਾਂ ਮੇਰਾ ਹੈ ਔਰ ਮਹਾਂਪੁਰਖ ਦੀ ਹੈ ਗਵਾਹੀ ਇਸ ਗਵਾਹੀ ਨੂੰ ਕੌਣ ਟਾਲ ਸਕਦਾ ਫਿਰ ਆ ਗਿਆ ਨਾਰਾਇਣ ਨਾਲ ਨਾਰਾਇਣ ਮੇਰੇ ਜਮ ਦੂਤ ਨਾ ਆਵੇ ਮੇਰੇ ਜਮ ਗਣ ਮਾਰੇ ਹਰ ਜਨ ਗਿਆ ਸੁਰਗ ਜਮ ਡੰਡ ਨਾ ਸਹਿਆ ਨਾਏ ਲਏ ਦੁੱਖ ਡੇਰਾ ਡਹਿ ਨਾਮ ਲੈਂਦੇ ਆਈ ਦੁੱਖਾਂ ਦੇ ਡੇਰੇ ਡਹਿ ਦੁੱਖਾਂ ਦੇ ਡੇਰੇ ਉਜਾੜ ਪੁਜਾੜ ਹੋ ਗਏ ਦੁੱਖਾਂ ਦੇ ਡੇਰੇ ਮੁੜ ਨਾ ਵਸੇ ਸਾਧ ਸੰਗਤ ਬੋਲੋ ਸ੍ਰੀ ਸਹਿਬ ਆਖਦੇ ਨੇ ਹੇ ਮੇਰੇ ਮਨ ਜੇ ਤੂੰ ਸਾਖੀ ਸੁਣੀ ਹੈ ਤਾਂ ਸੁਣ ਸਾਖੀ ਮਨ ਜਪ ਪਿਆ ਤੂੰ ਵੀ ਇਹ ਸਾਖੀ ਸੁਣ ਕੇ ਪਿਆਰ ਨਾਲ ਜਪ ਸ੍ਰੀ ਵਾ ਸਾਖੀ ਸੁਣ ਲਈ ਹੂ ਨਾ ਅਜਾਮਲ ਉਧਰਿਆ ਕਹਿ ਏਕ ਵਾ ਅੰਤ ਵੇਲੇ ਨਾਰਾਇਣ ਨਾਮ ਕਹਿ ਕੇ ਅਜਾਮਲ ਤਰ ਗਿਆ ਤੂੰ ਕਿਵੇਂ ਨਾ ਤਰੇਗਾ ਮਹਾਂਪੁਰਖਾਂ ਦਾ ਦਿਨ ਹੈ ਬਈ ਜਪਣ ਵਾਲਿਆਂ ਦਾ ਜੇ ਪਿਆਰ ਵਿੱਚ ਆਏ ਹੋ ਦਿਨ ਮਨਾ ਰਹੇ ਹੋ ਤਾਂ ਹਿਰਦੇ ਤੇ ਨਾਮ ਲਿਖ ਲਓ
ਹਿਰਦੇ ਦੀ ਤਖਤੀ ਤੇ ਨਾਮ ਲਿਖ ਲਓ ਮੇਰੀ ਬਟੀਆ ਲਿਖ ਦੇ ਸ੍ਰੀ ਗੋਪਾਲ ਲਿਖ ਲਓ ਗੁਰੂ ਨਾਨਕ ਦਾ ਨਾਮ ਕਿ ਅਸੀਂ ਜਿਉਂਦੇ ਮੋਏ ਇੱਥੇ ਉੱਥੇ ਦੋਈ ਜਹਾਨੀ ਜਿੱਥੇ ਕਿੱਥੇ ਗੁਰੂ ਨਾਨਕ ਦੇ ਇੰਝ ਤੁਹਾਡਾ ਲੋਕ ਸੁਖੀ ਤੇ ਪ੍ਰਲੋਕ ਹੋਏਗਾ ਸਵੇਲਾ।